ਹੁਣ ਵਿਚਾਰੀ ਇੱਥੋਂ ਜਿਹੜੀ ਤਨਖਾਹ ਲੈਂਦੀ ਉਹਦੇ ਨਾਲ ਗੁਜ਼ਾਰਾ ਕਰਦਾ ਕਰਦੀ, ਅਤੇ ਮੁੰਡਾ ਤਾਂ ਵਿਚਾਰੀ ਦਾ ਅਜੇ ਵਿਹਲਾ ਤੁਰਿਆ ਫਿਰਦਾ, ਕਿਤੇ ਕੰਮ ਕਾਰ 'ਤੇ ਨਹੀਂ ਲੱਗਾ, ਅਤੇ ਕੀ ਕਰਨਾ ਹੁਣ, ਮਾੜਾ ਮੋਟਾ ਵਿਚਾਰੀ ਚੱਲ ਕਰੀ ਜਾਂਦੀ ਆ। ਨਹੀਂ ਨਹੀਂ ਭੈਣ ਜੀ, ਉਹਨੇ ਕਿੱਥੋਂ ਖਾਧੀ ਹੋਣੀ ਆ, ਮੈਨੂੰ ਤਾਂ ਉਹਦੀ ਫਿਕਰ ਲੱਗੀ ਆ। ਦੀ ਜੇ ਜ਼ਿਆਦਾ ਗੱਲ ਆ ਤਾਂ ਮੈਂ ਵੀਰੇ ਨੂੰ ਫੋਨ ਕਰਕੇ ਇੱਥੇ ਬੁਲਾ ਲਾਂ, ਉਹ ਵੀ ਰੋਟੀ ਇੱਥੇ ਆ ਕੇ ਖਾ ਲਏਗਾ। ਤੈਨੂੰ ਨਾ ਸਿਮੀ ਛੱਡ ਆਉਂਦੀ ਸਕੂਟਰੀ 'ਤੇ, ਅਤੇ ਨਾਲੇ ਆਟਾ ਵੀ 5-7 ਕਿਲੋ ਪਾ ਦਿੰਦੀ ਆ ਤੈਨੂੰ, ਅਤੇ ਅੱਗੇ ਤੋਂ ਕੋਈ ਗੱਲ ਹੋਵੇ ਨਾ ਤਾਂ ਦੱਸ ਦਿਆ ਕਰ। ਨਹੀਂ ਵਿਆਹ ਨਹੀਂ ਉਹਨੇ ਜਾਣਾ, ਉਹ ਵਿਚਾਰਾ ਗਿਆ ਸੀ ਇੰਟਰਵਿਊ ਦੇਣ, ਅੱਛਾ, ਤੇ ਉੱਥੇ ਵਿਚਾਰੇ ਦੇ ਕੱਪੜੇ ਵੇਖ ਕੇ ਉਹਨਾਂ ਨੇ ਕੱਢਤਾ ਵਾ, ਤੇ ਮੈਂ ਸੋਚਣ ਡਿਆ ਸੀ ਚੱਲ ਭਾਈ ਨੂੰ ਦੇ ਦੇ ਕੱਪੜੇ। ਨਹੀਂ ਯਾਰ, ਰੋਟੀ ਤਾਂ ਮੈਂ ਨਾ ਆਉਂਦਾ ਹੁੰਦਾ ਗੁਰਦੁਆਰਾ ਸਾਹਿਬ ਲੰਗਰ ਛਕ ਆਇਆ ਹੈਗਾ। ਉਹ ਨਹੀਂ ਨਹੀਂ ਤੈਨੂੰ ਤਾਂ ਰੋਟੀ ਖਾ ਕੇ ਜਾਈ ਮੇਰਾ ਭਰਾ, ਤੇਰੀ ਭਾਬੀ ਨੇ ਕਿਹਾ ਵਾ। ਚਲੋ ਚੰਗਾ ਆਂਟੀ, ਮੈਂ ਜਾਂਦੀ ਹਾਂ ਹੁਣ। ਨਹੀਂ ਧੀਏ ਆ ਜਾ, ਤੂੰ ਕਿਹੜੀ ਰੋਜ਼ ਰੋਜ਼ ਆਉਂਦੀ ਆ। ਨਹੀਂ ਕੋਈ ਨਹੀਂ, ਮੈਂ ਫੇਰ ਆਵਾਂਗੀ ਕਿਤੇ। ਨਹੀਂ ਕੋਈ ਨਹੀਂ, ਲਾ ਲਾ ਸਕੂਟਰੀ ਇੱਥੇ, ਆ ਜਾ ਅੰਦਰ। ਹੈਲੋ, ਕਿਵੇਂ ਆ ਮਾਸਟਰ ਜੀ? ਉਹ ਨਾ ਨਾ ਯਾਰ, ਜਦੋਂ ਮੈਂ ਮਾਸਟਰ ਬਣ ਜੂੰਗਾ ਨਾ ਉਦੋਂ ਇਹ ਗੱਲ ਕਿਹਾ ਕਰ, ਇੱਦਾਂ ਸਿੱਧੇ ਦਿਲ 'ਤੇ ਵੱਜਦੇ ਆ। ਉਹ ਯਾਰ ਕਿਉਂ ਦਿਲ ਛੱਡਣ ਡਿਆ ਵਾਂ, ਬਣ ਜੂਗੀ ਗੱਲ, ਟੈਨਸ਼ਨ ਨਾ ਲੈ। ਧੰਨਵਾਦ ਭਰਾ ਤੇਰਾ। ਮੇਰੀ ਗੱਲ ਸੁਣ, ਮੈਂ ਨਾ ਯਾਰ ਤੇਰੇ ਵਾਸਤੇ ਕੰਮ ਵੇਖਿਆ ਵਾ, ਉਹ ਨਾ ਇੱਕ ਫੋਨ ਵਾਲੀ ਦੁਕਾਨ ਆ, ਤਾਂ ਉੱਥੇ ਜਾ ਕੇ ਪਤਾ ਕਰ ਲਈ। ਕੰਮ ਪੱਕਾ ਮਿਲ ਜੂਗਾ ਨਾ ਤੇਰੇ ਹਿਸਾਬ ਨਾਲ? ਉਹਨਾਂ ਨੂੰ ਬੰਦੇ ਦੀ ਸ਼ਾਇਦ ਲੋੜ ਆ, ਤਾਂ ਤੈਨੂੰ ਮੈਂ ਐਡਰੈਸ ਭੇਜਣ ਲੱਗਾ ਹੀ, ਉੱਥੇ ਜਾ ਕੇ ਪਤਾ ਕਰ ਲਈ, ਠੀਕ ਆ? ਵੈਸੇ ਤਨਖਾਹ ਕਿੰਨੀ ਕੁ ਦੇ ਦੇਣਗੇ? ਉਹ ਯਾਰ ਪੈਸੇ ਦੀ ਤੂੰ ਟੈਨਸ਼ਨ ਨਾ ਲੈ, ਸਟਾਰਟਿੰਗ 'ਚ ਉਹਨਾਂ ਨੇ ਤੈਨੂੰ ਦੇਣਾ 7500 ਰੁਪਈਆ, ਅਤੇ ਬਾਕੀ ਜਿਉਂ ਜਿਉਂ ਕੰਮ ਵਧੀਆ ਕਰੇਗਾ ਕੋਈ ਨਾ ਤੇਰੀ ਤਨਖਾਹ ਵਧਾਰਾਂਗੇ। ਚੱਲ ਯਾਰ, 7500 ਵੀ ਬਹੁਤ ਆ ਵੈਸੇ ਤਾਂ ਮੇਰੇ ਵਾਸਤੇ, ਜਿਹੜਾ ਹੁਣ ਦਾ ਟਾਈਮ ਚੱਲਣ ਡਿਆ ਵਾ, ਹੁਣ ਤਾਂ ਇੱਕ ਪੈਸਾ ਨਹੀਂ ਜੇਬ ਵਿੱਚ ਕਿਤੇ। ਆਹੋ ਆਹੋ, ਚੱਲ ਯਾਰ ਮੈਂ ਤੁਹਾਨੂੰ ਬਾਅਦ 'ਚ ਫੋਨ ਕਰਦਾ ਵਾਂ, ਉਹ ਆਂਟੀ ਦਾ ਫੋਨ ਆਉਣ ਡਿਆ ਵਾ ਜਿੱਥੇ ਮੰਮੀ ਕੰਮ ਕਰਨ ਜਾਂਦੇ ਆ। ਚੱਲ ਠੀਕ ਆ। ਹੈਲੋ, ਸਤਿ ਸ਼੍ਰੀ ਅਕਾਲ ਆਂਟੀ ਜੀ। ਹਾਂਜੀ ਹਾਂਜੀ ਆਂਟੀ ਜੀ, ਠੀਕ ਆ ਹੁਣ। ਹਾਂਜੀ ਹਾਂਜੀ, ਦਵਾਈ ਮੈਂ ਲਿਆ ਕੇ ਦਿੰਦਾ ਹੁਣੇ। ਚਲੋ ਠੀਕ ਹੈ ਆਂਟੀ ਜੀ, ਸਤਿ ਸ਼੍ਰੀ ਅਕਾਲ। ਚਲੋ ਚੰਗਾ ਆਂਟੀ ਜੀ, ਸਤਿ ਸ਼੍ਰੀ ਅਕਾਲ। ਪੁੱਤ ਜਿਹੜੀ ਤੂੰ ਸਕੂਲੇ ਗਿਆ ਸੀ ਨੌਕਰੀ ਦਾ ਪਤਾ ਕਰਨ, ਉਹਨਾਂ ਨੇ ਜਵਾਬ ਦੇ ਦਿੱਤਾ ਜਿਹੜਾ ਹੈਪੀ ਹੋਰ ਦੱਸਣ ਡਿਆ ਤੈਨੂੰ? ਉਹ ਨਹੀਂ ਨਹੀਂ ਮੰਮੀ, ਉਦਾਂ ਹੈਪੀ ਇੱਕ ਹੋਰ ਕੰਮ ਦੱਸਣ ਡਿਆ ਸੀਗਾ, ਤੇ ਤਨਖਾਹ ਵੀ ਦੋਵੇਂ ਜਗ੍ਹਾ ਬਰਾਬਰ ਹੀ ਆ, ਤੇ ਮੈਂ ਕਿਹਾ ਚੱਲ ਜਿੱਥੋਂ ਪਹਿਲੋਂ ਫੋਨ ਆ ਜਾਊਗਾ ਤੇ ਉੱਥੇ ਲੱਗ ਜਾਊਗਾ। ਆਹੋ ਪੁੱਤ, ਤੇਰੀ ਨੌਕਰੀ ਲੱਗ ਜੇ ਤੇ ਮੈਂ ਤੇਰਾ ਫਟਾਫਟ ਵਿਆਹ ਕਰਾਂ, ਬੰਦੇ ਦਾ ਕੀ ਭਰੋਸਾ ਕਦੋਂ ਸਾਹ ਮੁੱਕ ਜਾਣ ਬੰਦੇ ਦੇ। ਮੰਮੀ ਐਵੇਂ ਨਾ ਮਾਰਿਆ ਕਰ ਚੰਗਾ, ਅਜੇ ਤੂੰ 100 ਸਾਲ ਜੀਣਾ ਆ। ਆਹੋ ਪੁੱਤ, ਤੇਰਾ ਵਿਆਹ ਹੋ ਜਾਏਗਾ ਤੇ ਮੈਂ ਪੋਤੇ ਦਾ ਮੂੰਹ ਵੀ ਵੇਖ ਲਾਂਗੀ। ਵੇਖਿਆ ਮੰਮੀ ਬੰਦਾ ਕਿੰਨਾ ਲਾਲਚੀ ਹੁੰਦਾ ਆ, ਹੁਣ ਇਹ ਤੂੰ ਕਹਿਣ ਦੀ ਸੀ ਕਿ ਤੇਰਾ ਇਕੱਲਾ ਵਿਆਹ ਵੇਖਣਾ ਵਾ, ਹੁਣ ਪੋਤੇ ਦੀ ਵੀ ਸੋਚਣ ਲੱਗ ਪਈ ਹੈ। ਪੋਤੇ ਤੇ ਹਰ ਕੋਈ ਚਾਹੁੰਦਾ ਆ ਵੀ ਮੇਰੇ ਘਰ 'ਚ ਨਾ ਜੜ ਲੱਗੀ ਰਵੇ। ਆਹੋ ਇਹ ਤੇ ਮੰਮੀ ਹੈ ਆ। ਚੱਲ ਮੰਮੀ ਤੂੰ ਆਰਾਮ ਕਰ ਲਾ ਫਿਰ, ਅੱਗੇ ਨਹੀਂ ਠੀਕ ਆ, ਤੇ ਮੈਂ ਵੀ ਕੱਪੜੇ ਕੁਪੜੇ ਚੇਂਜ ਕਰ ਲਾ। ਚੱਲ ਚੰਗਾ ਪੁੱਤ। ਮੰਮੀ ਮੈਂ ਨਹਾਉਣ ਲੱਗਾ, ਇਹ ਤੇ ਮੜਾ ਜਿਹਾ ਪਾਣੀ ਦਿੱਤਾ ਕਰਦੇ। ਪੁੱਤ ਘਰ ਤੇ ਦਿੰਦੀ ਕੀ ਕਰਾਂ, ਇੱਕ ਚੀਜ਼ ਲਿਆਉਣੀ ਆ ਤੇ ਦੂਜੀ ਮੁੱਕ ਜਾਂਦੀ ਆ। ਹੁਣ ਕੀ ਮੁੱਕ ਗਿਆ? ਪੁੱਤ ਕੱਲ ਆਟਾ ਮੁੱਕ ਗਿਆ ਸੀ ਤੇ ਅੱਜ ਬਾਲਣ ਹੈ ਨਹੀਂ ਆ, ਤੇ ਕੱਲ ਲਿਆਈ ਸੀ ਮੈਂ 4 ਡੱਕੇ ਇਕੱਠੇ ਕਰਕੇ। ਚੱਲ ਕੋਈ ਗੱਲ ਨਹੀਂ ਮੰਮੀ, ਮੈਂ ਕਰਦਾ ਕੋਈ ਨਾ ਕੋਈ ਇੰਤਜ਼ਾਮ। ਅੱਗੇ ਤੇ ਨਰਮਾ ਹੁੰਦਾ ਸੀ ਤੇ ਉਹਦੀਆਂ ਛੱਟੀਆਂ ਇਕੱਠੀਆਂ ਕਰ ਲਿਆਈਦੀਆਂ, ਸੋਚਿਆ ਵੀ ਨਹੀਂ ਕਦੀ ਵੀ ਬਾਲਣ ਵੀ ਮੁੱਲ ਲੈਣਾ ਪਊਗਾ। ਆਹੋ ਮੰਮੀ, ਖਰਚੇ ਹੈ ਹੀ ਬੜੇ ਆ ਤੇ। ਚੱਲ ਕੋਈ ਗੱਲ ਨਹੀਂ, ਮੈਂ ਠੰਡੇ ਪਾਣੀ ਨਾਲ ਨਹਾ ਲੈਂਦਾ ਫਿਰ। ਪੁੱਤ ਵੇਖੀ ਕਿਤੇ ਬਿਮਾਰ ਨਾ ਹੋ ਜੀ, ਤੈਨੂੰ ਪਤਾ ਅੱਗੇ ਤੇ ਜ਼ਹਿਰ ਖਾਣ ਨੂੰ ਪੁੱਤ ਪੈਸਾ ਨਹੀਂ ਹੈਗਾ ਸਾਡੇ ਕੋਲ। ਤੇ ਮੰਮੀ ਆ ਸਿਲੰਡਰ 'ਚ ਨਹੀਂ ਗੈਸ ਹੈਗੀ? ਨਾ ਪੁੱਤ, ਸਿਲੰਡਰ ਖਤਮ ਹੋਏ ਨੂੰ ਤਾਂ ਕਿੰਨੇ ਦਿਨ ਹੋ ਗਏ ਆ, ਮਾੜੇ ਬੰਦੇ ਕੋਲ ਕਿੱਥੇ ਸਿਲੰਡਰ ਵੀ ਭਰਾਇਆ ਜਾਂਦਾ ਆ ਪੁੱਤ, 1100 ਰੁਪਏ ਦਾ ਤਾਂ ਸਿਲੰਡਰ ਹੋ ਗਿਆ। ਚੱਲ ਮੰਮੀ ਕੋਈ ਗੱਲ ਨਹੀਂ, ਮੈਂ ਨਹਾ ਲੈਂਦਾ ਠੰਡੇ ਨਾਲ ਹੀ ਫਿਰ। ਚੱਲ ਠੀਕ ਆ ਪੁੱਤ, ਜੇ ਮੈਂ ਪਾਣੀ ਗਰਮ ਕਰ ਦਿੰਦੀ ਆਪਣੇ ਪੁੱਤ ਨੂੰ ਤੇ ਰੋਟੀ ਕਿੱਥੋਂ ਪੱਕਣੀ ਸੀ, ਕੱਲ੍ਹ ਵੀ ਮੇਰਾ ਪੁੱਤ ਭੁੱਖਾ ਹੀ ਗਿਆ ਸੀ, ਅੱਜ ਮੈਂ ਰੋਟੀ ਬਣਾ ਦਿੰਦੀ ਹਾਂ, ਨਲਕੇ ਦਾ ਤਾਂ ਕੋਸਾ ਪਾਣੀ ਨਿਕਲ ਹੀ ਆਉਣਾ, ਆਪੇ ਨਹਾ ਲਏਗਾ। ਹੋਰ ਭੈਣ ਕਿੱਦਾਂ ਫਿਰ?
ठीक है भैन। मैनू पता लगा निर्मल भैन जी को गुरु घर मैं गई हाँ तो पता लगा कि तुम ठीक नहीं है। आहो भैन चक्कर जा आ गया ही। चक्कर तो आ ही जाता भैन जी, फिर जो टाइम नाल बंदे ने रोटी पानी ना खाना हो। आहो उन्होंने घरे ही मैं डिग पी ही। अच्छा अच्छा रोटी पानी फिर टाइम ना खाया कर तो ठीक हो जाऊ। तो होर सुना तेरे मुंडे का कोई नौकरी का बनया काम? गल कित्थे बनी भैने, अजे जिथे जाता है उतो जवाब मिल जाता है। चल भैन फिक्र ना कर, कोई गल नहीं तेरे मुंडे का काम बन जूगा। दिन का ही कोई हेर फेर हों वा? दिन तो भैन साढ़े लगता भी अगले जन्म च सीधे हो गए। लै भैन अगले जन्म च क्यों, हूने ही सीधे हो सकते हैं। है ओ किदा? लै तेनू नहीं पता अपने पिंड के लंबड़दार उन्होंने मुंडे का विह नहीं होंगे ही। उन्होंने मुंडे का विह भी हो गया ही, नाले उन्होंने पोतरा भी हो गया। आहो मैं पता आ लंबड़दार तो रिश्तेदार भी चंगे ही, तो उन्होंने कह कू के करवा दिता होगा। रिश्तेदार ने कितने कराया वा? तुम मैं दस दी विचली गल, अपने नहर से वह बाबा नहीं अड्डी चुक, सारा टब्बर उत्थे जांदा ही, उन्होंने मेहर ना सब कुछ होया वा। तू भी जा उत्थे। अच्छा उत्थे जांदा सारा टब्बर? होर तैनू की लगता वा उन्होंने मुंडे का एवं विह हो गया वा? ये तो सारी बाबे अड्डी चुक वाले की कृपा हुई आ। मेरे तो आप किन्ने दिन हो गए लत्त पीड़ होन दी, तो मेरा भी इरादा मैं भी दर्शन कर ही आवा उन्होंने। अच्छा दुखी तो अही भी बथेरे आ। वेखण की डई है तू? तू भी उत्थे अड्डी चुक वाले बाबे को जा, वेखी फिर तेरे किदा दुख सारे टुटदे आ। चलो तो मैं जावा, पर पढ़े लिखे तेन पता कितने मनते हैं, मेरे मुंडे ने तो मनना ही नहीं। जेड़े बंदे ते कीता कराया होए वो आप नहीं जाता, तू मेरी मन तू जा बाबे को ते उन्हें तेनू सब कुछ दस देना। अच्छा चल कोई नहीं भैन, वेखदी है सोच विचार करके। चल ठीक है फिर ते चल जाई, ते मैं हुण जांदी आ। बह जा भैन चाह बनाउनी घुट घुट तू। नहीं नहीं अगे बड़ा चिर हो गया वा, ते चल फिर चंगा मैं चलदी आ। चंगा ये हुण नवीं गल दस गई आ, हुण सोचण दी आ जावां कि ना जावां। दुखी भी अहीं बहुत आ, रब भी ना साढ़े इम्तिहान ही ले जान दिया, की करां। मम्मी तैयार हो गया, मैं रोटी ला दे फटाफट। इन्ना कपड़े जद मेरा पुत पहचानया नहीं जान दिया, फिर मेरा ओही तो जिंदा रहा। मम्मी ओ की वेखी जद मैं पक्का मास्टर लग गया ना, इदा टोर कट के जाया करना स्कूल। इदा ही पुत टोर कट के जाया करना ते होर ते मेरा पुत लगे तो सही किते नौकरी ते थल्ले नाले। मैं ना तन्नू नाल टिफिन भी पा के दिया करना है। ते मम्मी टिफिन पा के दिया करना है, होर मैं बाहर दी रोटी थोड़ी खाया करनी है, तेरे हाथ दी रोटी लेके जाया करनी मैं नाल। चंगा चंगा चल मम्मी ला दे फटाफट रोटी। तो नाले मम्मी जो मैं नहाँ दिया है तो वह कोई आया है घर? आहो पुत वो तेरी चाची नहीं गवांडन शरणजीत वह आई ही। मम्मी उन्होंने तो टूने टपाने तो वेल नहीं मिलती, वह कि लिया पुत उन्हू मेरा पता लगा ही भी निर्मल भैन जी के घर मैंने चक्कर नहीं आ गया। अच्छा वो मेरा पता लैन आई ही। अच्छा अच्छा तो पुत उन्हें कि साढ़ा चुक के लै जाना साढ़े को की आ। चल छड़ मम्मी मैंने रोटी ला के दे, की पता जे मिल नौकरी की गल बनी जाए, लेट होन दिया मैं बना के दिनी रोटी। मैं तो क्या चल लाती होनी है, तू उदों दी उदां ही बैठी आ। ओ फिर आ गई ना बहुत। अच्छा अच्छा ਸਤਿ ਸ਼੍ਰੀ ਅਕਾਲ ਭਾਅ ਜੀ। ਆਓ ਜੀ ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ? ਬਸ ਵਧੀਆ ਜੀ। ਭਾਅ ਜੀ ਹੈਪੀ ਭਾਅ ਜੀ ਦੱਸਿਆ ਸੀਗਾ ਤੁਹਾਨੂੰ ਮੁੰਡੇ ਦੀ ਲੋੜ ਹੈ ਤੇ ਕੰਮ ਤੇ। ਮੁੰਡੇ ਦੀ ਲੋੜ ਤੇ ਹੈਗੀ ਹੈ ਪਰ ਲਿਆਓ ਮੁੰਡਾ ਕਿਹੜਾ ਜੀ? ਭਾਅ ਜੀ ਮੈਂ ਹੀ ਲਿਖਣਾ ਚਾਹੁੰਦਾ ਸੀਗਾ। ਯਾਰ ਮਜ਼ਾਕ ਨਾ ਕਰੋ, ਮੈਨੂੰ ਲੱਗਦਾ ਨਹੀਂ ਹੈ ਤੁਸੀਂ ਕੰਮ-ਕੁੰਮ ਕਰੋ ਹੈ, ਤੁਸੀਂ ਤੇ ਚੰਗੇ ਭਲੇ ਲੱਗਦੇ ਪਏ ਹੋ ਮੈਨੂੰ, ਤੇ ਕੱਪੜਿਆਂ-ਕੁਪੜਿਆਂ ਤੋਂ ਵੀ ਤੁਹਾਡੇ ਲੱਗਣ ਨਹੀਂ ਡਿਆ, ਤੁਸੀਂ ਕਿਤੇ ਕੰਮ ਕਰੋਗੇ, ਪੜ੍ਹੇ ਲਿਖੇ ਲੱਗਦੇ ਹੋ, ਕੀ ਗੱਲ? हाँ जी भाजी मैं बी एड
मैं तुहाडी गल समझना वा तुहानू काम की लोड़ आ पर मैनू इन्ने पढ़े लिखे बंदे की लोड़ नहीं हैगी कि मतलब वो काम ही ना करे कल नू मेरा तू रहन दे पता की गल जेड़ा बंदा काम करन दी नीयत नाल आया होवे ना तो इन्नी टूर कट के नहीं आता आ गया पुत इन्ना कपड़िया च तो मेरा पुत बहुता ही सोहना लगन दिया वेखी कि नजर ना लग जाए की सोची जाना मेरी लगता सुनी नहीं कादी नजर लगनी मम्मी मेनू मैं कड़ा के राजे का पुत हाँ पुत मां वाली पुत राजे ही होंगे आ जा मम्मी जा कुट चाह बना के लिया सिर पीड़ हो जान मेरे अगे मैं तो दुध नहीं लिया तो तू चाह पीती नहीं उदी तेन पता पुत मैं कड़ा कदी कली ने चाह पीती आ चल ठीक है मैं लैके आना वा तो तू पानी पुनी गर्म कर नहीं तो तू आराम कर तो अगे नहीं ठीक हैगी तो मैं दुध लिया के आपे बना लेना फिर चाह नहीं पुत मैं चाह बनाई फिर पी के तो मैं काम से भी जाना मम्मी तू अगे ठीक नहीं है तो काम तो एक दिन छुट्टी कर ली हाँ नहीं पुत नजायज छुट्टियां करिए ना ते अगले काम तो कड दिंदे आ फिर ओ जा मम्मी इन्ने साल हो गए तेनू काम करदी नु एक दिन छुट्टी कर लेंगी ते काम तो थोड़ी कड देन लगे अगले नहीं पुत जिन्ना नु आदत पई होना नौकरां दे काम कराउन दी ते ओ आप नहीं काम करके खुश हुंदे मम्मी तू गली मेरी मननी है ठीक है मैं दुध लेके आना मैं चाह पी के चल जी फिर काम ते छुट्टी ते तू करनी नहीं हुंदी कोई ते हूँ पुत मैं तेन की दसा कि मेरे काम नाल ही तो रोटी पानी चलता पिया करता तो जे मैं वह भी छड़ दिता तो फिर अं कितों खावे मम्मी आंटी अज आए नहीं है चल काम तो सारा कर ही लिया वा पर दसना तो फर्ज बनता ही चल आंटी का दसना उन्हें कि बेचारी ने कही उन्होंने तो मैं ही मना किया रैसट कर ली अज घर मम्मी मैं सोचती हाँ जिदा आंटी बीमार रेंदे ने कि साढ़े घर ही ना कुछ हो जाए सिमी यहोजा नहीं सोचीदा हों वो बेचारी कड़ी सदा बीमार वा मत भुखी ही बेचारी तां डिग पी चलो मम्मी जिदा तुहानू सही लगता नाले ते ये लोड़वंद वा उदा कड़ा हड़को कोई पुन हुंदा वा इसे बहाने पुन हो जाता वा आहो मम्मी ये भी गल सही है सिमी मैं तो ये सोचन डी ही उहदे मुंडे दा रिश्ता ना कितें करा दीए वेख के आहो मम्मी ये तो गल है नाले मुंडा सियाणा भी बड़ा नहीं तो अजकल दे मुंडे तो नशे ही बड़े करदे ने आहो मुंडा बड़ा शरीफ आ बेचारा तो मैं चल कोई रिश्तेदारी कह के तो चल कोई कुड़ी लभ के तो बेचारे का रिश्ता करा दें मम्मी एक गल ये भी है कुड़ी भावें गरीब घर की हो पर वो ये थोड़ी चाहते हैं भी हमारी कुड़ी भी अगों गरीब घर जाए चलती आप रिश्तेदार कह दें तो अगों के कर्म कर्मा च हुई तो आपे मिल ही जानी है ना कित भैन जी सारा काम मैं कर दिता है तो बैड दिया चादर भी मशीन च पा ही देव गंदिया जी हुई चादर भी पा ली वो फटी फाड़ी इतने बह तेरे गल करनी है कोई कड़ी गल करनी भैन जी बह तो जा दस दे आंटी वेखीए फिर हूँ कोई तजिंदर वीर लिए रिश्ता मैं तो धीए कहनी हाँ पर मेरा मुंडा नहीं अजे मानता हूँ वैसे उम्र हुई आंटी वीरे विह करा ही लेना चाहिए धीए तेन तो पता ही है
ਵੀ ਸਾਡੇ ਤੇ ਕਿੰਨੀ ਗਰੀਬੀ ਆ। ਫਿਰ ਵੀ ਚਲੋ ਮੈਂ ਉਹਦੇ ਨਾਲ ਗੱਲ ਕਰਕੇ ਵੇਖਾਂਗੀ ਜੇ ਮੰਨੇਗਾ ਤੇ। ਜੀਤੋ ਤੂੰ ਨਾ ਗੱਲ ਕਰੀ ਉਹਦੇ ਨਾਲ, ਮੇਰੇ ਕੋਲ ਭੇਜੀ ਉਹਨੂੰ, ਮੈਂ ਆਪੇ ਉਹਨੂੰ ਸਮਝਾ ਦੂੰਗੀ। ਚਲੋ ਠੀਕ ਆ ਭੈਣ ਜੀ, ਮੈਂ ਭੇਜ ਦਾਂਗੀ ਫਿਰ ਤੁਹਾਡੇ ਕੋਲ ਹੀ। ਚਲੋ ਮੰਮੀ ਮੈਂ ਸਿਰ ਨਾ ਆਵਾਂ, ਇਹਨਾਂ ਦਾ ਫੋਨ ਆ ਗਿਆ। ਹੈਲੋ। ਵਧੀਆ, ਤੁਸੀਂ ਸੁਣਾਓ? ਹਾਂ ਠੀਕ ਨੇ, ਕੋਲ ਹੀ ਬੈਠੇ ਨੇ। ਬਸ ਕਰਨਾ ਕੀ ਹੈ, ਜੀਤੋ ਆਂਟੀ ਦੇ ਮੁੰਡੇ ਦੇ ਵਿਆਹ ਦੀਆਂ ਇਹੀ ਸਲਾਹਾਂ ਕਰਨਾ। ਅੱਛਾ ਅੱਛਾ, ਚੱਲ ਕੋਈ ਨਾ, ਵਿਆਹ ਤਾਂ ਵਿਖਾ ਦਾਂਗੇ ਅਤੇ। ਪਰ ਉਹ ਜਿਹੜੇ ਤੁਹਾਡੇ ਮਾਸੀ ਦੇ ਗਵਾਂਢ 'ਚ ਕੁੜੀਆਂ ਨਹੀਂ ਚਾਰ, ਉਹਨਾਂ 'ਚੋਂ ਜਿਹੜੀ ਜ਼ਿਆਦਾ ਪੜ੍ਹੀ ਲਿਖੀ ਹੋਏਗੀ ਨਾ, ਉਹਨਾਂ ਵੱਲੋਂ ਪੁੱਛਿਓ ਹਾਂ। ਮੁੰਡੇ ਨੇ ਨਾ ਸਰਕਾਰੀ ਟੀਚਰ ਲੱਗ ਜਾਣਾ ਹੈ। ਨਹੀਂ ਨਹੀਂ ਕਾਹਲੀ, ਹਜੇ ਤਾਂ ਆਪਸ 'ਚ ਡੇ ਸਲਾਹਾਂ ਕਰਨ, ਮੁੰਡੇ ਨੂੰ ਤਾਂ ਹਜੇ ਪੁੱਛਣਾ ਹੈ। ਹਜੇ ਤਾਂ ਕੋਈ ਕੰਮ ਨਹੀਂ ਕਰਦਾ, ਆ ਪਿਛਲੇ ਸਾਲ ਹਜੇ ਉਹਨੇ BEd ਕੀਤੀ ਹੈ ਅਤੇ ਜਿਹੜਾ ਟੈਸਟ ਹੁੰਦਾ ਉਹ ਵੀ ਪਾਸ ਕਰ ਲਿਆ। ਹਜੇ ਤਾਂ ਘਰ ਦੇ ਵਿੱਚ ਬੜੀ ਗਰੀਬੀ ਹੈ, ਪਰ ਚਲੋ ਜਦੋਂ ਟੀਚਰ ਲੱਗਾ ਉਦੋਂ ਤਾਂ 40-50 ਹਜ਼ਾਰ ਤਨਖਾਹ ਹੋਏਗੀ। ਆਪਣਾ ਤਾਂ ਵਧੀਆ, ਨਾਲੇ ਤੁਹਾਨੂੰ ਮੈਂ ਪੇਪਰ ਮੇਲ ਕਰ ਹੀ ਦਿੱਤੇ ਸੀ, ਉਹ ਤੁਸੀਂ ਵੇਖ ਹੀ ਲਏ ਹੋਣੇ ਆ। ਚਲੋ ਠੀਕ ਆ। ਓਕੇ ਜੈ ਗਮ ਮਾਰਦੇ 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 ਮਾਰ।